ਅਸੀਂ ਜਲੰਧਰ ਤੋਂ ਜੀ। ਕਿੱਥੇ ਲੱਗੇ ਹੋ? ਅਸੀਂ ਜਿਹੜੀ EVR ਈਕੋ 3 ਗੱਡੀਆਂ। ਅੱਛਾ, ਮਤਲਬ ਉਹਨਾਂ 'ਤੇ ਲੱਗੇ ਹੋਏ। ਕੀ ਹੋਇਆ, ਕੀ ਸੀਗਾ? 112 'ਤੇ ਕੀ ਹੋਇਆ, ਕੀ ਸੀ? ਸਾਨੂੰ ਇੱਧਰੋਂ ਰਾਤੀ ਸੱਚੂ ਸਾਹਿਬ ਨੇ ਮਤਲਬ ਬੰਦੇ ਭੇਜੇ ਸੀ, ਚਿੱਟਾ ਜ਼ਿਆਦਾ ਅਤੇ ਹਰੇਕ ਨੂੰ ਤੰਗ ਕਰਦਾ, ਲੁੱਟ ਖੋਹਾ ਕਰਦਾ ਬੰਦਾ, ਉਹਨੂੰ ਗਿਰ ਫੜਨ ਲਈ। ਸੁਬਹਾ ਸਾਨੂੰ ਫਿਰ ਅਸਤਰ ਸਾਹਿਬ ਨੇ ਕਿਹਾ ਵੀ ਬੰਦੇ ਨੂੰ ਆਪਾਂ ਗ੍ਰਿਫਤਾਰ ਕਰਨਾ, ਮਤਲਬ ਕਿ ਇਹ ਬਹੁਤ ਮਤਲਬ ਤੰਗ ਕਰਦਾ ਪਬਲਿਕ ਨੂੰ, ਲੁੱਟਾਂ ਕਰਦਾ ਅਤੇ ਚਿੱਟਾ ਜ਼ਿਆਦਾ। ਫਿਰ ਕੀ ਹੋਇਆ? ਫਿਰ ਅਸੀਂ ਕਰੀਬ 5 ਵਜੇ ਸਾਨੂੰ ਪਤਾ ਲੱਗਿਆ ਵੀ ਬੰਦਾ ਇੱਥੇ ਬੈਠਾ। ਕਿਹੜੀ ਜਗ੍ਹਾ 'ਤੇ? ਬੀਰ ਤਲਾਬ। ਅੱਛਾ, ਬਸਤੀ ਨੰਬਰ 2। ਫਿਰ ਜੀ? ਫਿਰ ਅਸੀਂ ਤਿੰਨੇ ਗਏ, ਮਤਲਬ ਕਿ ਘਰ ਬੈਠਾ ਚਿੱਟਾ ਕੀ ਰਿਹਾ ਸੀ, ਉਹਨੂੰ ਕਿਹਾ ਵੀ ਤੁਸੀਂ ਆ ਸਾਡੇ ਨਾਲ ਚੱਲੋ, ਅਤੇ ਉਹ ਸਾਡੇ ਚੱਲਣ ਨਾਲ ਤੁਰਨ ਦੀ ਬਜਾਏ ਸਾਡੇ ਗਲ ਪੈ ਗਿਆ, ਅਤੇ ਅਸਲਾ ਫੜਨ ਦੀ ਕੋਸ਼ਿਸ਼ ਕੀਤੀ। ਫਿਰ ਅਤੇ ਜਦੋਂ ਉਹਨੇ ਅਸਲਾ ਨੂੰ ਹੱਥ ਫੜਿਆ, ਇਹਨੇ ਸਾਰੇ ਅਸੀਂ ਗੁੱਤ ਮੁੱਤੀ ਹੋਏ ਸਾਡੇ ਨਾਲ ਕਾਫੀ ਚਿਰ ਉਹ, ਅਤੇ ਫਿਰ ਉਹਨੇ ਸਾਡੇ ਅਸਲਾ ਖੋਲ੍ਹ 'ਤੇ, ਜਦੋਂ ਅਸੀਂ ਫਿਰ ਉਹਨੇ ਮੈਗਜ਼ੀਨ ਕੁਦਰਤੀ ਉੱਤਰ ਗਿਆ ਕਾਰਨ ਤੋਂ। ਅੱਛਾ, ਅਤੇ ਉਹ ਮੈਗਜ਼ੀਨ ਉਹਨੇ ਫੜ ਕੇ ਮਤਲਬ ਕਿ ਮਾਰ ਦੀ ਨੀਂਹ 'ਤੇ ਨਾਲ ਮੇਰੇ ਸਿਰ 'ਚ ਮਾਰਿਆ। ਕਿੰਨੇ ਜਣੇ ਜ਼ਖਮੀ ਹੋ ਤੁਸੀਂ? ਅਸੀਂ ਤਿੰਨ ਜਣੇ, ਜ਼ਿਆਦਾ ਮੇਰੇ ਸੱਟ ਹੈ, ਅਤੇ ਹਰਦੀਪ ਦੇ ਵੀ ਬਹੁਤ ਸੱਟ ਲੱਗੀ ਹੈ, ਅਤੇ ਉਹ ਇਕੱਲਾ ਹੀ ਬੰਦਾ ਗਗਨਦੀਪ ਦੇ? ਹਾਂ, ਉਹ ਇਕੱਲਾ ਹੀ ਨਸ਼ੇ ਦੇ ਬਹੁਤ। ਤੂੰ ਫਰਾਰ ਹੋ ਗਿਆ ਕਿ ਫੜ ਲਿਆ? ਫੜ ਲਿਆ। ਕਿੱਥੇ ਲਿਆਂਦਾ ਹੁਣ? ਹੁਣ SHO ਸਦਰ ਦੇ ਹਵਾਲੇ ਕਰ। ਅਸੀਂ ਬੀੜ ਤਲਾਬ ਬਸਤੀ ਨੰਬਰ 2 'ਚ ਗਏ ਸੀ ਜੀ। ਸਾਨੂੰ SHO ਸਾਹਿਬ ਨੇ ਕਿਹਾ ਸੀ ਵੀ ਇਹ ਬੰਦਾ ਕ੍ਰਿਮੀਨਲ ਆ, ਉਹਨਾਂ ਦੀ ਪੁਲਿਸ ਪਾਰਟੀ 'ਤੇ ਵੀ ਹਮਲਾ ਕੀਤਾ ਸੀ ਇਹਨੇ। ਅਸੀਂ ਜਦੋਂ ਉੱਥੇ ਗਏ ਸਾਨੂੰ ਪਤਾ ਲੱਗਿਆ ਵੀ ਉਹ ਕਿਸੇ ਦੇ ਘਰ ਬੈਠਾ ਚਿੱਟਾ ਲਾ ਰਿਹਾ। ਇੱਕ ਹੀ ਉਹਨਾਂ ਦੇ ਕਮਰਾ ਸੀ, ਇੱਕ ਕਮਰੇ ਦੇ ਵਿੱਚ ਤਿੰਨੇ ਜਣੇ ਚਿੱਟਾ ਲਾ ਰਹੇ ਸੀ। ਜਦੋਂ ਇਹਨੂੰ ਪੁੱਛਿਆ ਵੀ ਤੂੰ ਕੌਣ ਹੈ, ਤੇਰਾ ਨਾਂ ਹੈ, ਇਹ ਨਹੀਂ ਮੰਨਿਆ। ਸਾਨੂੰ ਸ਼ੱਕ ਦੇ ਆਧਾਰ 'ਤੇ ਪਤਾ ਲੱਗ ਗਿਆ ਵੀ ਇਹਦੇ ਜ਼ਖਮ ਸੀਗਾ ਪੈਰ 'ਤੇ, ਵੀ ਇਹ ਉਹੀ ਬੰਦਾ। ਅਸੀਂ ਜਦੋਂ ਇਹਨੂੰ ਕਾਬੂ ਕਰਕੇ ਗਲੀ 'ਚ ਲਿਆਂਦਾ ਤਾਂ ਇਹ ਸਾਡੇ ਨਾਲ ਹੱਥੋਂ ਪਈ ਹੋਣ। ਚਲੋ, ਅਸੀਂ ਫਿਰ ਵੀ ਇਹਨੂੰ ਪਿਆਰ ਨਾਲ ਕਿਹਾ ਵੀ ਤੂੰ ਬਹਿ ਜਾ ਸਾਡੇ ਨਾਲ ਸ਼ਿੰਦੂ, ਵੀ ਤੈਨੂੰ ਥਾਣੇ ਲੈ ਕੇ ਜਾਣਾ, ਠੀਕ ਹੈ? ਕਿਉਂਕਿ ਰਾਤ ਇਹਨੇ ਵਾਰਦਾਤ ਕੀਤੀ ਸੀ ਮੁਲਾਜ਼ਮਾਂ ਨਾਲ, ਇਹਨੂੰ ਪਤਾ ਸੀ ਵੀ ਥਾਣੇ ਲੈ ਕੇ ਜਾਣਾ। ਫਿਰ ਜਦੋਂ ਗੱਡੀ ਕੋਲ ਆ ਕੇ ਗੱਡੀ 'ਚ ਬੈਠਣ ਲੱਗੀ, ਗੱਡੀ 'ਤੇ ਵੀ ਲੱਤਾਂ ਮਾਰੀਆਂ, ਸਾਡੇ ਆ ਸਾਨੂੰ ਵੀ ਤੋੜਤੇ, ਠੀਕ ਹੈ? ਹਰਦੀਪ ਦੇ ਵੀ ਸੱਟ ਵੱਜੀ ਹੈ। ਬਾਅਦ 'ਚ ਥਾਣੇਦਾਰ ਸਾਹਿਬ ਸਾਈਡ 'ਤੇ ਖੜ੍ਹੇ ਸੀ ਅਤੇ ਸਾਨੂੰ ਧੱਕ ਕੇ ਅਤੇ ਅਸਲੇ ਨੂੰ ਪੈ ਗਏ। ਅਸਲੇ ਨੂੰ ਜਦੋਂ ਪਿਆ ਥਾਣੇਦਾਰ ਸਾਹਿਬ ਨੇ ਮੈਗਜ਼ੀਨ ਲਾਉਣਾ ਵੀ ਫੈਰਨਾ, ਫਿਰ ਉਦੋਂ ਬਾਅਦ ਮੈਗਜ਼ੀਨ ਖੋਹ ਕੇ ਥਾਣੇਦਾਰ ਸਾਹਿਬ ਦੇ ਸਿਰ 'ਤੇ ਮਾਰਿਆ, ਫਿਰ ਉਦੋਂ ਬਾਅਦ ਤੋਂ ਵਾਪਸ ਮੈਗਜ਼ੀਨ ਖੋਹਿਆ ਅਸੀਂ, ਫਿਰ ਮੋਢੇ 'ਤੇ ਵਾਰ ਕੀਤਾ ਇਹਨੇ ASI ਜਲੰਧਰ ਸਿੰਘ 'ਤੇ। ਮੋਢੇ 'ਤੇ ਵਾਰ ਕਰਨ ਤੋਂ ਬਾਅਦ ਜਦੋਂ ਇਹਨੂੰ ਕਿਹਾ ਫਿਰ SHO ਸਾਹਿਬ ਨੂੰ ਕਾਲ ਕੀਤੀ ਵੀ ਤੁਸੀਂ ਆਓ ਮੌਕੇ 'ਤੇ, ਵੀ ਇਹ ਨਹੀਂ ਮੰਨਦਾ। ਫਿਰ ਜਦੋਂ SHO ਸਾਹਿਬ ਮੌਕੇ 'ਤੇ ਆਏ, ਇਹ ਅਸਲੀ ਨਾਲ ਫੈਰ ਕਰਨ ਦੀ ਵੀ ਕੋਸ਼ਿਸ਼ ਕਰਦਾ ਸੀ ਮੈਗਜ਼ੀਨ ਲਾ ਕੇ ਸੋਡੇ ਵਾਲੇ ਨਾਲ, ਸਾਡੇ 'ਤੇ ਸੋਡੇ ਅਸਲੀ ਜੋ ਸਾਡੇ ਕੋਲ ਅਸਲਾ ਸੀ ਕਾਰਵਾਈ ਉਹਦੇ 'ਤੇ, ਉਹਦੇ ਨਾਲ ਫੈਰ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਕਿੱਥੇ ਲੈਂਦਾ ਇਹਨੂੰ? ਉਹ SHO ਸਦਰ ਦੇ ਹਵਾਲੇ। ਮੇਰਾ ਨਾਮ ਡਾਕਟਰ ਹਰਸ਼ਿਤ ਗੋਇਲ ਹੈ, ਮੈਡੀਕਲ ਹਸਪਤਾਲ। ਸਾਡੇ ਕੋਲ ਪੁਲਿਸ ਮੁਲਾਜ਼ਮ ਆਏ ਜੀ, ਉਹਨਾਂ ਦੇ ਕਹਿਣ ਮੁਤਾਬਕ ਬੀੜ ਤਲਾਬ ਕੋਲ ਉਹਨਾਂ ਦਾ ਕੋਈ ਲੜਾਈ ਝਗੜਾ ਹੋਇਆ, ਜਿਸ ਸੰਬੰਧੀ ਉਹ ਬੰਦਾ। ਕਿੰਨੇ ਜਖਮੀ ਹੈ ਜੀ? ਸਾਡੇ ਕੋਲ ਅਜੇ ਤੱਕ ਇੱਕੋ ਹੀ ਜਣਾ ਦਾਖਲ ਹੋਇਆ।